ਸੰਦੀਪ ਜੀਤ ਕਮੇਡੀਅਨ ਨਾਮ ਹੈ ਪਤੀਲਾ ਜੀ। ਜੀ ਸਰ ਕੀ ਮਾਮਲਾ ਕੀ ਹੈ ਸਰ? ਸੀ ਸੀ ਟੀ ਵੀ ਚੈੱਕ ਕੀਤਾ ਜੀ, ਆ ਕੇ ਲੱਗਾ ਇੱਕ ਪੇਚਕਸ ਸਾਨ ਪਛਾਤਾ ਨਜ਼ਰ ਆਇਆ ਸੀਗਾ ਜੀ, ਅਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੇਚਕਸ ਤਾਂ ਆਪਣਾ ਹੈ ਨਹੀਂ ਗਾ। ਮੈਨੂੰ ਇੱਕਦਮ ਸ਼ੱਕ ਪਿਆ, ਮੈਂ ਕਿਹਾ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ। ਅਤੇ ਉਦੋਂ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲ੍ਹੇ ਹੋਏ ਸੀਗੇ ਅਤੇ ਡੱਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਅਤੇ ਗਹਿਣੇ ਚੁੱਕੀਆਂ। ਫਿਰ ਕਿੰਨਾ ਨੁਕਸਾਨ ਹੋ ਗਿਆ? ਚਾਬੀ ਕਿਹੜੀ ਮਾਸਟਰ ਚਾਬੀ ਸੀਗੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀਗੀ, ਉਹ ਤਾਂ ਕੋਈ ਖੁੱਲੀ ਨੀ ਕਿਉਂਕਿ ਉਦੋਂ ਚਾਬੀਆਂ ਨਹੀਂ ਸੀ, ਉਹਨੇ ਤੋੜੀ ਆ। ਬਾਕੀ ਆਪਣੀ ਚਾਬੀ ਨਾਲ ਹੀ ਖੋਲਿਆ, ਚਾਬੀ ਨਾਲ ਹੀ ਬੰਦ ਕਰਕੇ ਗਿਆ। ਰਾਤ ਦਾ ਸਮਾਂ ਦਿਨ ਦਾ ਸਮਾਂ? ਰਾਤ ਦਾ ਸਮਾਂ ਜੀ 1:43 ਤਕਰੀਬਨ 42-43 ਮਿੰਟ ਤੇ ਆਇਆ ਜੀ ਉਹ। ਇਸ ਬੰਦੇ ਨੂੰ ਸ਼ਿਕਾਇਤ ਦਿੱਤੀ? ਹਾਂਜੀ ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ। ਹਾਂਜੀ ਤੁਸੀਂ ਹੁਣੇ ਨੋਟ ਕੀਤਾ? ਹਾਂਜੀ ਹਾਂਜੀ ਠੀਕ। ਮਾਮਲਾ ਕੁਛ ਨਹੀਂ ਹੈ, ਪਤੀਲਾ ਜੀ ਹੈ ਕਮੇਡੀਅਨ ਜੀ, ਇਹਨਾਂ ਦੇ ਘਰ ਪੁੱਜੇ ਹਾਂ, ਪਤਾ ਲੱਗਾ ਕਹਿੰਦੇ ਚੋਰੀ ਹੋਈ ਹੈ ਜੀ, ਅਤੇ ਅਸੀਂ ਪਹੁੰਚੇ ਹਾਂ ਇੱਥੇ। ਆਣ ਕੇ ਇਹਨਾਂ ਦੇ ਤਾਲੇ ਕੋਈ ਨਹੀਂ ਟੁੱਟਿਆ ਜੀ, ਪਰ ਲੇਕਿਨ ਬੰਦਾ ਅੰਦਰ ਜ਼ਰੂਰ ਦਾਖਲ ਹੋਇਆ, ਉਹਨਾਂ ਦੇ CCTV ਕੈਮਰੇ ਲੱਗੇ, ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਵੀ ਅੰਦਰ ਦਾਖਲ ਹੋਇਆ। ਸਰ ਕਰੀਬ ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਦਾ ਕੁਛ ਸੋਨੇ ਦੇ ਗਹਿਣੇ ਆ ਠੀਕ ਹੈ, ਔਰ 50,000 ਰੁਪਏ ਦੱਸਦੇ ਆ, ਅਤੇ ਬਾਕੀ ਆਪਾਂ ਇਹਨਾਂ ਦੇ ਹੁਣ ਲੈ ਰਹੇ ਨਾ ਕੋਈ ਦਰਖਾਸਤ ਜਾਂ ਬਿਆਨ ਦੇ ਰਹਿੰਦੇ ਆ। ਸਰ ਪਤਾ ਲੱਗਾ CCTV 'ਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ? ਸਿੰਗਲ ਬੰਦਾ ਇੱਕੋ ਆਇਆ ਹੋਇਆ। ਓਕੇ, ਕਿਹੜਾ ਏਰੀਆ, ਕਿਹੜਾ ਬੰਦਾ ਹੈ? ਇਹ ਗੀਤਾ ਕਲੋਨੀ ਹੈ। ਥਾਣਾ ਕਿਹੜਾ ਬੰਦਾ ਸਰ? ਉਹਨੂੰ ਥਾਣਾ ਨੂੰ ਭਾਰੂ ਕਹਿੰਦੇ। ਆਪਣਾ ਨਾਮ ਬੋਲਿਓ ਜੀ। ਮੇਰਾ ਨਾਂ ਐਸ ਏ ਬਲਵਿੰਦਰ ਸਿੰਘ ਹੈ।